वेलकम बैक टू अनदर वीडियो फ्रेंड्स, स्वागत है तुहाडा स्मॉल ईगल की होर नवी वीडियो दे विच। ते अज आपां व्लॉग स्टार्ट करता, आए सी आपां दीप सिद्धू दे भोग ते। देखो बाकी अगे अगे हुंदा कि व्लॉग चैंड तक बने रहो, ते जे व्लॉग वधिया लग्या लाइक शेयर कमेंट कर दिओ। ਫਤਿਹਗੜ੍ਹ ਸਾਹਿਬ ਤੋਂ ਬਾਅਦ ਸਰਹੰਦ ਦੇ ਵੀ ਗੇਟ ਤੱਕ ਬੱਸਾਂ ਅਤੇ ਟਰੱਕ ਆ ਗਏ ਸੀ। ਇੰਨਾ ਜ਼ਿਆਦਾ ਜਾਮ ਹੋ ਗਿਆ ਸੀ ਨਾ, ਸਾਰਾ ਫਤਿਹਗੜ੍ਹ ਸਾਹਿਬ ਅਤੇ ਬਾਹਰ ਵੀ ਟਰੱਕ ਅਤੇ ਬੱਸਾਂ ਖੜ੍ਹੀਆਂ, ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿੱਥੇ ਤੱਕ ਬੱਸਾਂ ਆ ਗਈਆਂ ਸੀ। ਅਤੇ ਬਸ ਅੱਜ ਦਾ ਵਲੋਗ ਇੱਥੇ ਤੱਕ ਹੀ ਸੀ। ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਬਸ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਊ ਹੀ ਦਿਖਾਉਣਾ ਸੀ ਉੱਥੇ ਦਾ, ਵੀ ਕਿੰਨੀ ਜਨਤਾ ਆਈ ਸੀ ਅਤੇ ਕਿਵੇਂ ਕਿਵੇਂ ਜਨਤਾ ਆਈ ਸੀ ਉੱਥੇ ਦੁਨੀਆ। ਅਤੇ
ਬਸ ਉਹ ਜਨਤਾ ਦੁਨੀਆ ਤਾਂ ਹੀ ਆਈ ਸੀ ਵੀ ਵੀਰਨ ਨੂੰ ਸਾਰੇ ਪਿਆਰ ਕਰਦੇ ਸੀ ਤੇ ਵੀਰਨ ਦੇ ਪਿਆਰ ਤੇ ਸਤਿਕਾਰ ਦੇ ਲਈ ਉੱਥੇ ਸਾਰੀ ਦੁਨੀਆ ਪਹੁੰਚੀ ਸੀ ਤੇ ਇੰਨਾ ਜ਼ਿਆਦਾ ਇਕੱਠ ਹੋ ਗਿਆ ਸੀ ਜਿੱਦਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੀ ਇਹ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਬੱਸਾਂ ਤੇ ਟਰੱਕ ਆ ਗਏ ਸੀ ਉੱਥੇ ਬਿਲਕੁਲ ਵੀ ਜਗ੍ਹਾ ਨਹੀਂ ਸੀ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਸੀ ਮਿਲ ਰਹੀ ਅੰਦਰ ਤਾਂ ਇੰਨਾ ਜ਼ਿਆਦਾ ਰਸ ਸੀ ਬਸ ਕੋਈ ਵੀ ਉੱਥੇ ਧੱਕੇ ਨਾਲ ਕਿਸੇ ਨੂੰ ਵੀ ਨਹੀਂ ਸੀ ਲੈ ਕੇ ਆਇਆ ਸਾਰੇ ਵੀਰੇ ਦੇ ਪਿਆਰ ਤੇ ਸਤਿਕਾਰ ਦੇ ਨਾਲ ਆਏ ਸੀ ਵੀਰੇ ਦੀ ਲਾਸਟ ਸ਼ਰਧਾਂਜਲੀ ਦੇਣ ਤੇ ਬਸ ਕੀ ਦੱਸੀਏ ਹੁਣ ਵੀਰੇ ਦਾ ਸੁਣ ਕੇ ਤਾਂ ਬੜਾ ਦੁੱਖ ਲੱਗਿਆ ਬਟ ਚਲੋ ਜੋ ਵੀ ਸੀਗਾ ਪਰ ਆਪਾਂ ਵੀਰੇ ਦੀ ਸੋਚ ਤੇ ਪਹਿਰੇ ਦੇ ਨਾਲ ਠੋਕ ਕੇ ਉਹੀ ਆਪਾਂ ਸੋਚ ਪੂਰੇ ਪੰਜਾਬ ਦੀ ਰੱਖਾਂਗੇ ਤਾਂ ਪੰਜਾਬ ਬਹੁਤ ਅੱਗੇ ਜਾ ਸਕਦਾ ਤੇ ਬਸ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਮੇਰੀ ਵੀਡੀਓ ਦੇਖੀ ਜਿਨ੍ਹਾਂ ਨੇ ਤੇ ਬਸ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਵੀਰੇ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਨੇ ਉਹ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗਦੀਆਂ ਨੇ ਤੇ ਬੈਲ ਆਈਕਨ ਨੂੰ ਦਬਾ ਦਿਓ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਤੇ ਮੈਂ ਤੁਹਾਨੂੰ ਹੋਰ ਵਧੀਆ ਵਧੀਆ ਕੰਟੈਂਟ ਦਿਖਾ ਸਕਾਂ ਤੇ ਚਲੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਬਾਏ ਟੇਕ ਕੇਅਰ।